ਇੱਕ ਇਹ ਸਰ ਮੈਂ ਮੇਨ ਉਧਰੋਂ ਸੈਂਟਰ ਦੇ ਵਿੱਚੋਂ ਇਧਰੋਂ ਵੀ ਆਈ ਪੀ ਤੇ ਲੇਡੀਜ਼ ਇਸ ਚ ਹੋਣਗੀਆਂ ਜਦੋਂ ਬੰਦਾ ਐਂਟਰ ਇਹ ਸਰ ਇਹ ਵਾਲਾ ਗੇਟ ਹੈ ਹਾਂਜੀ ਇਹ ਆਡੀਟੋਰੀਅਮ ਦੇ ਨਾਲ ਗੇਟ ਹੈ ਬਹੁਤ ਵੱਡਾ ਗੇਟ ਹੈ ਤੇ ਸਿਟੀ ਦਾ ਜਿਹੜਾ ਮੇਨ ਚੌਂਕ ਜਿਹੜਾ ਹੈਗਾ ਮੋਦੀ ਕੋਲ ਚੌਂਕ ਇਹਦੇ ਵਿੱਚ ਉਰੇ ਤੋਂ ਵੀ ਆਈ ਪੀ ਲੇਡੀਜ਼ ਜਿਹੜੇ ਹੈਗੇ ਵੀ ਵੀ ਆਈ ਪੀ ਸਾਰੇ ਇੱਧਰੋਂ ਆਏ ਸੈਂਟਰ ਦੇ ਵਿੱਚੋਂ ਸਰ ਜਿਹੜੇ ਹੈਗੇ ਉਹਦੇ 'ਚ ਬੱਸਾਂ ਉੱਥੇ ਉਤਾਰਨਗੀਆਂ ਅਤੇ ਉੱਥੇ ਉਤਾਰ ਕੇ ਉੱਥੇ ਤੋਂ ਸੈਂਟਰ 'ਚੋਂ ਇਹਨਾਂ ਨੇ ਆ ਜਾਣੇ ਜੀ ਜਿਹੜੀਆਂ ਕੁਛ ਜਿਹੜੀਆਂ ਇੱਧਰੋਂ ਉੱਪਰ ਤੋਂ ਰਾਜਪੁਰੇ ਤੋਂ ਘਨੌਰ ਤੋਂ ਸਲੋਕ ਤੋਂ ਉਹਨਾਂ ਦੀ ਪਾਰਕਿੰਗ ਜਿਹੜੀ ਰਾਈਡ ਰੱਖੀ ਹੈ ਜੀ ਇਹ ਸਰ ਹੈਗੀ ਜਿਹੜੀ ਲੇਡੀਜ਼ ਸਰ ਮੈਂ ਮੇਨ ਉਧਰੋਂ ਸੈਂਟਰ ਦੇ ਵਿੱਚੋਂ ਇਧਰੋਂ ਵੀ ਆਈ ਪੀ ਤੇ ਲੇਡੀਜ਼ ਇਸ ਚ ਹੋਣਗੀਆਂ ਜਦੋਂ ਬੰਦਾ ਐਂਟਰ ਇਹ ਸਰ ਇਹ ਵਾਲਾ ਗੇਟ ਹੈ ਹਾਂਜੀ ਇਹ ਆਡੀਟੋਰੀਅਮ ਦੇ ਨਾਲ ਗੇਟ ਹੈ ਬਹੁਤ ਵੱਡਾ ਗੇਟ ਹੈ ਤੇ ਸਿਟੀ ਦਾ ਜਿਹੜਾ ਮੇਨ ਚੌਂਕ ਜਿਹੜਾ ਹੈਗਾ ਮੋਦੀ ਕੋਲ ਚੌਂਕ ਇਹਦੇ ਵਿੱਚ ਉਰੇ ਤੋਂ ਵੀ ਆਈ ਪੀ ਲੇਡੀਜ਼ ਜਿਹੜੇ ਹੈਗੇ ਵੀ ਵੀ ਆਈ ਪੀ ਸਾਰੇ ਇੱਧਰੋਂ ਆਏ ਸੈਂਟਰ ਦੇ ਵਿੱਚੋਂ ਸਰ ਜਿਹੜੇ ਹੈਗੇ ਉਹਦੇ 'ਚ ਬੱਸਾਂ ਉੱਥੇ ਉਤਾਰਨਗੀਆਂ ਅਤੇ ਉੱਥੇ ਉਤਾਰ ਕੇ ਉੱਥੇ ਤੋਂ ਸੈਂਟਰ 'ਚੋਂ ਇਹਨਾਂ ਨੇ ਆ ਜਾਣੇ ਜੀ ਜਿਹੜੀਆਂ ਕੁਛ ਜਿਹੜੀਆਂ ਇੱਧਰੋਂ ਤੋਂ ਰਾਜਪੁਰੇ ਤੋਂ ਘਨੌਰ ਤੋਂ ਸਲੋਕ ਤੋਂ ਉਹਨਾਂ ਦੀ ਪਾਰਕਿੰਗ ਜਿਹੜੀ ਰਾਈਡ ਰੱਖੀ ਹੈ ਜੀ ਇਹ ਸਰ ਹੈਗੀ ਜਿਹੜੀ ਇੱਕ ਇਹ ਸਰ ਮੈਂ ਮੇਨ ਉਧਰੋਂ ਸੈਂਟਰ ਦੇ ਵਿੱਚੋਂ ਇਧਰੋਂ ਵੀ ਆਈ ਪੀ ਤੇ ਲੇਡੀਜ਼ ਇਸ ਚ ਹੋਣਗੀਆਂ ਜਦੋਂ ਬੰਦਾ ਐਂਟਰ ਇਹ ਸਰ ਇਹ ਵਾਲਾ ਗੇਟ ਹੈ ਹਾਂਜੀ ਇਹ ਆਡੀਟੋਰੀਅਮ ਦੇ ਨਾਲ ਗੇਟ ਹੈ ਬਹੁਤ ਵੱਡਾ ਗੇਟ ਹੈ ਤੇ ਸਿਟੀ ਦਾ ਜਿਹੜਾ ਮੇਨ ਚੌਂਕ ਜਿਹੜਾ ਹੈਗਾ ਮੋਦੀ ਕੋਲ ਚੌਂਕ ਇਹਦੇ ਵਿੱਚ ਉਰੇ ਤੋਂ ਵੀ ਆਈ ਪੀ ਲੇਡੀਜ਼ ਜਿਹੜੇ ਹੈਗੇ ਵੀ ਵੀ ਆਈ ਪੀ ਸਾਰੇ ਇੱਧਰੋਂ ਆਏ ਸੈਂਟਰ ਦੇ ਵਿੱਚੋਂ ਸਰ ਜਿਹੜੇ ਹੈਗੇ ਉਹਦੇ 'ਚ ਬੱਸਾਂ ਉੱਥੇ ਉਤਾਰਨਗੀਆਂ ਅਤੇ ਉੱਥੇ ਉਤਾਰ ਕੇ ਉੱਥੇ ਤੋਂ ਸੈਂਟਰ 'ਚੋਂ ਇਹਨਾਂ ਨੇ ਆ ਜਾਣੇ ਜੀ ਜਿਹੜੀਆਂ ਕੁਛ ਜਿਹੜੀਆਂ ਇੱਧਰੋਂ ਰਾਜਪੁਰੇ ਤੋਂ ਘਨੌਰ ਤੋਂ ਸਲੋਕ ਤੋਂ ਉਹਨਾਂ ਦੀ ਪਾਰਕਿੰਗ ਜਿਹੜੀ ਰਾਈਡ ਰੱਖੀ ਹੈ ਜੀ ਇਹ ਸਰ ਹੈਗੀ ਜਿਹੜੀ ਲੇਡੀਜ਼ ਇੱਕ ਇਹ ਸਰ ਮੈਂ ਮੇਨ ਉਧਰੋਂ ਸੈਂਟਰ ਦੇ ਵਿੱਚੋਂ ਇਧਰੋਂ ਵੀ ਆਈ ਪੀ ਤੇ ਲੇਡੀਜ਼ ਇਸ ਚ ਹੋਣਗੀਆਂ ਜਦੋਂ ਬੰਦਾ ਐਂਟਰ ਇਹ ਸਰ ਇਹ ਵਾਲਾ ਗੇਟ ਹੈ ਹਾਂਜੀ ਇਹ ਆਡੀਟੋਰੀਅਮ ਦੇ ਨਾਲ ਗੇਟ ਹੈ ਬਹੁਤ ਵੱਡਾ ਗੇਟ ਹੈ ਅਤੇ ਸਿਟੀ ਦਾ ਜਿਹੜਾ ਮੇਨ ਚੌਂਕ ਜਿਹੜਾ ਹੈਗਾ ਮੋਦੀ ਕੋਲ ਚੌਂਕ ਇਹਦੇ ਵਿੱਚ ਉਰੇ ਤੋਂ ਵੀ ਆਈ ਪੀ ਲੇਡੀਜ਼ ਜਿਹੜੇ ਹੈਗੇ ਵੀ ਵੀ ਆਈ ਪੀ ਸਾਰੇ ਇੱਧਰੋਂ ਆਏ ਸੈਂਟਰ ਦੇ ਵਿੱਚੋਂ ਸਰ ਜਿਹੜੇ ਹੈਗੇ ਉਹਦੇ 'ਚ ਬੱਸਾਂ ਉੱਥੇ ਉਤਾਰਨਗੀਆਂ ਅਤੇ ਉੱਥੇ ਉਤਾਰ ਕੇ ਉੱਥੇ ਤੋਂ ਸੈਂਟਰ 'ਚੋਂ ਇਹਨਾਂ ਨੇ ਆ ਜਾਣੇ ਜੀ ਜਿਹੜੀਆਂ ਕੁਛ ਜਿਹੜੀਆਂ ਇੱਧਰੋਂ ਰਾਜਪੁਰੇ ਤੋਂ ਘਨੌਰ ਤੋਂ ਸਲੋਕ ਤੋਂ ਉਹਨਾਂ ਦੀ ਪਾਰਕਿੰਗ ਜਿਹੜੀ ਰਾਈਡ ਰੱਖੀ ਹੈ ਜੀ।